ਪੈਰ ਉਹ ਬਾਹਰ ਦੀਆਂ ਛਾਵਾਂ ਤੈਨੂੰ ਤੰਗ ਕਰਦੀਆਂ ਹਨ? ਤੰਗ ਕਰਦੀਆਂ ਹਨ ਕੀ ਆਉਂਦੀਆਂ? ਤੁਹਾਨੂੰ ਘੋੜੀ ਬਣਾਉਂਦੇ ਹਨ ਫਿਰ ਉਂਟੇ ਲੈਂਦੇ ਹਨ? ਅੱਛਾ, ਸਾਰੀ ਰਾਤ ਉਂਟੇ ਲੈਂਦੇ ਰਹਿੰਦੇ ਹਨ? ਸਹੀ ਹੈ। ਲਓ ਜੀ, ਇਹ ਸਾਡੇ ਪਿੰਡ ਦੇ ਮਹਿਰ ਸਾਹਿਬ ਨੇ। ਤੁਹਾਡਾ ਨਾਂ ਕੀ ਸਿੱਧਾ? ਰਫੀਕ। ਅੱਛਾ ਜੀ, ਮਹਿਰ ਰਫੀਕ ਸਾਡੇ ਪਿੰਡ ਦੀ ਇੱਕ ਸਾਦੀ ਸ਼ਖਸੀਅਤ ਨੇ। ਤੁਸੀਂ ਉਹਦੇ ਭਰਾ ਛੋਟੇ? ਇਹ ਨਾ ਸਾਡੇ ਪਿੰਡ ਦੀ ਬੜੀ ਮਰਹੂਬ ਸ਼ਖਸੀਅਤ ਹੈ, ਔਰ ਇਹਨਾਂ ਨੂੰ ਇੰਨਾ ਪਤਾ ਕਿ ਕਿਹੜਾ ਜੀ ਮੇਰੇ ਕੋਲ ਬੈਠਾ ਹੈ ਜਾਂ ਮੈਂ ਕੌਣ ਆ, ਇਹ ਪਛਾਣ ਰੱਖਦੇ ਨੇ। ਪਤਾ ਮਹਿਰ ਨੂੰ ਮੈਂ ਕੌਣ ਆ ਬੜਾ? ਉਧਰ ਵੇਖੋ ਇੱਕ ਵਾਰੀ, ਉਧਰ ਉਧਰ ਮੈਂ ਉਧਰ ਵੇਖ। ਅੱਛਾ, ਖੁਸ਼ੀ ਆਹੋ ਖੁਸ਼ੀ ਹੁੰਦਾ ਸੀ। ਮੈਂ ਉਹਦਾ ਪੋਤਰ ਹਾਂ, ਮੈਂ ਉਹਦਾ ਪੋਤਰ ਆਹੋ। ਸਾਡੇ ਘਰ ਆਉਂਦਾ ਹੁੰਦਾ, ਤੂੰ ਪਤਾ ਸਾਨੂੰ ਕਿ ਆਹੋ ਉਹਨੂੰ ਵੀ ਮਿਲ ਕੇ ਖੁਸ਼ੀ ਤੇ ਮੇਰਾ ਦਾਦਾ ਸੀ ਨਾ, ਮੇਰਾ ਆਬੂ ਵੀ ਫੋਤ ਹੋ ਗਿਆ, ਬੜੇ ਸਾਲ ਹੋ ਗਏ। ਤੇ ਹੁਣ ਸਿਹਤ ਠੀਕ ਰਹਿੰਦੀ ਮੈਰ ਜੀ? ਸਹੀ ਰਹਿੰਦੀ, ਉਂਝ ਤਾਂ ਉਂਝ ਹੀ ਮੈਰ ਹੀ ਹੈ। ਲਓ ਜੀ, ਮੈਂ ਤੁਹਾਡਾ ਵੈਸ ਘੁੰਮਣ ਸਿਆਲਕੋਟ, ਇਹ ਸਾਡੇ ਪਿੰਡ ਦੇ ਮਹਿਰ ਸਾਹਿਬ ਨੇ, ਔਰ ਤਕਰੀਬਨ 20 ਸਾਲ ਬਾਅਦ 16 ਹਾਂ ਬਿਲਕੁਲ 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 ਅਬੂ ਬਕਰ ਜੀ, ਬਿਲਕੁਲ। ਅੱਛਾ ਜੀ, 16-17 ਸਾਲਾਂ ਬਾਅਦ ਜਾਂ 20 ਸਾਲ ਕਰ ਲਓ ਤੁਸੀਂ, ਮੈਂ ਇੰਨਿਆਂ ਸਾਲਾਂ ਬਾਅਦ ਅੱਜ ਮੁਲਾਕਾਤ ਮੇਰੀ ਮਹਿਰ ਸਾਹਿਬ ਨਾਲ ਹੋਈ, ਔਰ ਉਂਝ ਮੈਂ ਜਦੋਂ ਦਾ ਵੇਖਣ ਲੱਗਾ ਮਹਿਰ ਹਰੀ ਉਦੋਂ ਵੀ ਇੰਝ ਹੀ ਹਨ, ਅਤੇ ਮਹਿਰ ਹਰੀ ਅਜੇ ਵੀ ਇੰਝ ਹੀ ਨੇ। ਹੈਂ ਇੰਝ ਤਾਂ ਇੰਝ ਹੀ ਨਾ। ਅੱਛਾ, ਅਤੇ ਉਂਝ ਨੇੜੇ ਕਰੋ ਨਾ ਥੋੜ੍ਹਾ ਜਿਹਾ ਕੈਮਰਾ, ਥੋੜ੍ਹਾ ਜਿਹਾ ਨੇੜੇ ਕਰੋ। ਵਾਹ ਵਾਹ, ਹੁਣ ਤਾਂ ਨਹੀਂ ਬੜਾਵੇ ਨਜ਼ਰ ਆਉਂਦੇ, ਪਹਿਲਾਂ ਉਂਟੇ ਵੀ ਲੈਂਦੇ ਹੁੰਦੇ ਹਨ। ਸਹੀ ਮਹਿਰ ਜੀ, ਅਤੇ ਹੋਰ ਘਰ ਬਾਰ ਸਭ ਖੈਰ? ਅੱਛਾ ਚਲੋ ਠੀਕ ਹੈ। ਤੂੰ ਪਹਿਲਾਂ ਭੇਡਾਂ ਚਾਰਨਾ ਫਿਰ ਡੰਗਰ ਰੱਖ ਲੈ।